असल सैल वाली मशीन अभी ले सी उदो भतीजा वगैरह मेरा कहता सी भी सीड कोई लगानी तो बेहतरीन लगानी है बाकी है कि मिलर कंपनी जी कह रही है भी असी तब्दीली नहीं कर सकते। वालेकुम सलाम ਜੋਗਰ ਸਾਹਿਬ ਕੀ ਹਾਲ? ਠੀਕ ਠਾਕ ਰੱਬ ਦਾ ਸ਼ੁਕਰ, ਤੁਸੀਂ ਸੁਣਾਓ ਜੀ। ਇਹ ਕਿੰਨੇ ਮਾਡਲ ਹੈ? ਇਹ ਹੈਗਾ 11 ਮਾਡਲ ਜੀ। 11 ਮਾਡਲ ਜੀ ਜੀ। ਤੇ ਕਿਹਦਾ ਹੈ ਸਕਰੀਨ ਸਕੀਮ? ਬਿਹਤਰੀਨ ਆ ਜੀ, ਬਿਲਕੁਲ ਫਿੱਟ ਫਾਟ। ਹੁਣ ਦੇ ਨਾਲ ਇਹਦਾ ਮੁਕਾਬਲਾ ਹੈ ਕੋਈ? ਨਹੀਂ ਹੁਣ ਤੇ ਹੈ ਨਹੀਂ, ਕੱਲ ਉਮੀਦ ਹੈ ਕੱਲ ਪੈਣਗੇ ਇਹ। ਨਹੀਂ ਮਤਲਬ ਜਿਹੜਾ ਹੁਣ ਨਵਾਂ ਹੈ 175 ਉਹ ਠੀਕ ਹੈ ਜਾਂ ਇਹ ਠੀਕ ਹੈ? ਸਾਡੇ ਲਈ ਤੇ ਇਹ ਵੀ 085 ਹੈ ਇਸ ਟਾਈਮ ਇਹ, ਤੁਸੀਂ ਦੇਖ ਲਿਆ ਹੋਣਾ ਮੇਲੇ 'ਚ 85 ਨੇ ਵੀ ਪਿਆ ਸੀ ਇਹ। ਹਾਂਜੀ ਹਾਂਜੀ, ਤੇ ਪੂਰਾ ਖੈਂਦਾ 85 ਤਰ੍ਹਾਂ ਮਾਰਦਾ ਸਾਡਾ, ਪੂਰੀ ਕੋਈ ਮਸਲਾ ਨਹੀਂ। ਮੈਂ ਇਹ ਦੇਖਿਆ ਤੁਸੀਂ ਜ਼ਿਆਦਾ ਰੱਖੇ ਨੇ 75, 640 ਤੋਂ 85 ਕਿਉਂ ਨਹੀਂ ਰੱਖਿਆ? ਕੀ ਬਸ ਜਦੋਂ ਦਾ ਸਾਡਾ ਸ਼ੌਕ ਸੀ 85 ਉਦੋਂ ਕਹਿ ਲਓ ਵੀ ਥੋੜ੍ਹਾ ਜਿਹਾ ਵੀਕ ਸੀ, ਤੇ ਬਲੋ ਵਗੈਰਾ ਬਹੁਤ ਦਿਖਾਉਂਦਾ, 75 ਘੱਟ ਦਿਖਾਉਂਦਾ ਹੁੰਦਾ ਸੀ, ਤੇ ਕੁਛ 85-75 ਦਾ ਖਰਚਾ ਕਮਰਸ਼ੀਅਲ ਕੰਮ ਕਰੀਦਾ ਤਾਂ ਘੱਟ ਆ। ਜ਼ੋਰ ਵਗੈਰਾ ਉਨਾ ਹੀ? ਜ਼ੋਰ ਉਨਾ ਹੀ ਹੈ ਇਹਦੇ। ਇੰਜਨ ਤਕਰੀਬਨ ਦੋਵਾਂ ਸੇਮ ਹੀ ਹੈ? ਸੇਮ ਹੀ ਇਹ ਇੰਜਨ ਸੀ, ਆਪ ਖੁਦ ਬਜ਼ਾਰ ਦੇ ਖਾਦੂ ਘਰ ਕੀਤਾ ਸੀ, ਇੱਥੇ ਸਾਰਾ ਹੀ ਸਮਾਨ ਬੁਲਾਤੀ ਹੈ ਕਰੇਂਕ, ਉਦੋਂ ਅੱਜ ਤੋਂ 8 ਸਾਲ ਪਹਿਲੇ ਇੰਜਨ ਕੀਤਾ ਇਹਦਾ, ਉਦੋਂ 40,000 ਦੀ ਬੁਲਾਤੀ ਕਰੇਂਕ ਆਈ ਸੀ, ਹੁਣ ਮੇਰਾ ਖਿਆਲ 80,000 ਦੀ ਹੈ। ਭਤੀਜਾ ਵਗੈਰਾ ਮੇਰਾ ਕਹਿੰਦਾ ਸੀ ਵੀ ਸੀਡ ਕੋਈ ਲਵਾਉਣੀ ਤੇ ਬਿਹਤਰੀਨ ਲਵਾਉਣੀ ਆ। ਬਾਕੀ ਹੈ ਕਿ ਮਿਲਰ ਕੰਪਨੀ ਜਿਹੜੀ ਆ ਉਹ ਕਹਿ ਰਹੀ ਆ ਵੀ ਅਸੀਂ ਤਬਦੀਲੀ ਨਹੀਂ ਕਰ ਸਕਦੇ ਸੀਡ 'ਚ, ਤਾਂ ਕੋਈ ਤਬਦੀਲੀ ਕਰਨਾ ਡਰਾਈਵਰ ਦਾ ਲੱਕ ਰਹਿ ਜਾਂਦਾ, ਮੇਰਾ ਬਸ ਤਾਂ ਖੁਦ ਲੱਕ ਬਹੁਤ ਦੁਖਦਾ, ਕਮਰ ਦਰਦ ਕਰਦੀ ਰਹਿੰਦੀ ਸੀ। ਹਾਂਜੀ ਵੀ ਅਸੀਂ ਕਿਹੜਾ ਵੀ 9 ਮਈ 'ਚ ਮੁਲੱਬਸ ਆ ਸਾਨੂੰ ਇੱਦਾਂ ਦੀਆਂ ਸੀਟਾਂ ਦੇਣੀਆਂ, ਪਾਕਿਸਤਾਨ 'ਚ ਰਹਿੰਦੇ ਕੋਈ ਸੀਡ 'ਤੇ ਬਿਹਤਰੀਨ ਕਰਨ ਨਾ ਇਹ। ਅੱਛਾ ਭਾਈ ਜਾਨ, ਇਹ ਤੁਹਾਨੂੰ ਕਿਸ ਤਰ੍ਹਾਂ ਤੁਹਾਡੇ ਦੇਹ 'ਚ ਆਇਆ ਕਿ ਇਹਨੂੰ ਇਹ ਸੀਟ ਲਗਾ ਦੇਣੀ ਚਾਹੀਦੀ, ਇਹਦੇ 'ਚ ਬਿਹਤਰ ਹੋ ਜਾਏਗਾ ਸੀਟ ਦਾ? ਹਾਂਜੀ ਸੀਟ ਦਾ ਅਸੀਂ ਬਹਿੰਦੇ, ਅਸੀਂ ਚਲਾਉਂਦੇ, ਸਾਨੂੰ ਤਾਂ ਇਹ ਤੋਂ ਸਾਡੇ ਤੋਂ ਨਹੀਂ ਨਾ ਪਤਾ, ਜ਼ਿਮੀਂਦਾਰਾਂ ਦੇ ਨਿਆਣੇ ਅਸੀਂ, ਜ਼ਿਆਦਾ ਸਾਨੂੰ ਪਤਾ ਵਾ, ਬਾਕੀ ਕੰਪਨੀ ਜਿਹੜੇ ਵੀ ਆ ਉਹਦੇ ਟੈਕਨੀਕਲ ਬੰਦੇ ਨਾ ਜੋ ਲਿਖ ਪੜ੍ਹਾ ਦੇਣਾ ਹੋਣਾ, ਬਿਹਤਰ ਤਾਂ ਇਹੀ ਆ ਸੀਟ ਜਿਹੜੀ ਆ ਬਿਹਤਰ ਕਰਨ ਇਹਦੇ 'ਤੇ, ਲੇਕਿਨ ਅਸੀਂ ਇਹ ਕੀਤਾ ਆਪ ਦਾ ਖੁਦ ਕੀਤਾ 'ਚ, ਆਪਣੀ ਆਰਟੀਸ਼ਨ ਨੇ ਥੱਲੇ ਪੈਰ ਬਣਾਇਆ ਸਾਰਾ ਕੁਛ। ਇਹ ਭਾਈ ਜੀ ਕਿੰਨੇ ਦੀ ਮਿਲੀ ਹੈ, ਕਿੰਨਾ ਖਰਚਾ ਆਇਆ? ਇਹ ਸਾਡਾ 80,000 ਰੁਪਇਆ। 80,000? ਹਾਂਜੀ। ਤੇ ਡੋਗਰ ਭਾਈ ਮੇਲੇ ਦੇ ਵਿੱਚ ATS ਵੀ ਆਇਆ, ਤੁਹਾਡੀ ਇਹਦੇ ਬਾਰੇ ਕੀ ਖਿਆਲ ਹੈ, ਕੀ ਰਾਏ ਹੈ ਤੁਹਾਡੀ? ATS ਬਿਹਤਰੀਨ ਟਰੈਕਟਰ ਆ, 385 ਨੂੰ ਬਿਹਤਰ ਆ ਉਹ, ਅਸੀਂ ਤਾਂ ਪਹਿਲਾਂ ਵੀ ਕਹਿ ਰਹੇ ਸੀ ਵੀ ਇਹਦਾ ਦੇਖੋ ਨਾ ਟਾਇਰ ਦਾ ਵਾਇਆ ਬਿਲਕੁਲ ਨਜ਼ਦੀਕ ਆ ਇਹਦਾ, ਅਤੇ ਇਹ ਵਜ਼ਨ ਸਾਰਾ ਅੱਗੇ ਰੱਖਦਾ, ਟਰੈਕਟਰ ਹੋਣਾ ਚਾਹੀਦਾ ਬੈਲੈਂਸ 'ਚ, ਰੂਸੀ ਟਰੈਕਟਰ ਆ ਉਹਦਾ ਵਜ਼ਨ ਦੇਖ ਲਓ ਬਿਲਕੁਲ ਟਰੈਕਟਰ ਬੈਲੈਂਸ 'ਚ ਆ ਉਹ, ਫੋਰਡ ਆ, ਫੋਰਡ ਦਾ ਪਿੱਛੇ ਥੋੜ੍ਹਾ ਜਿਹਾ ਵਜ਼ਨ ਹੈ ਅੱਗੇ ਕੰਮ ਆ, ਲੇਕਿਨ ਉਹ ਫੋਰਡ ਜਿਹੜਾ ਵਾ ਸਾਡਾ ਫੋਰਡ ਹੀ, ਅਸੀਂ ਕਹਾਂਗੇ 75 ਨਾ ਪਾਓ, 85 ਨਾ ਪਾਓ, ਉਹਨੂੰ ਧੋਏਗਾ, ਉਹ 55 HP ਦਾ, ਉਹ 75-85 HP ਦਾ, ਦੇਖੋ ਕੰਪਨੀ ਨੂੰ ਸੋਚਣਾ ਚਾਹੀਦਾ ਨਾ ਵੀ ਕੀ ਮਸਲਾ ਇਹਦੇ ਵਿੱਚ। ਹਾਂਜੀ ਬਾਕੀ ਇੱਕ ਦੋ ਮੈਨੂੰ ਦੱਸੋ ਪੁਆਇੰਟ ਕੀ ਹੈ, ਕਿਵੇਂ ਬਿਹਤਰ ਹੈ 85 ਤੋਂ ATS, ਕਿਵੇਂ ਬਿਹਤਰ ਹੈ, ਕੋਈ ਇੱਕ ਅੱਧਾ ਕੋਈ ਪੁਆਇੰਟ? ATS ਜਿਹੜਾ ATS ਦਾ ਮਿਆਰ ਪੇਂਟ ਉਹਨਾਂ ਦੀ ਯਾਨੀ ਕਿ ਫਿਨਿਸ਼ਿੰਗ ਅੱਛੀ ਆ, ਇੱਕ ਗੱਲ ਹੋ ਗਈ, ਦੂਸਰੀ ਇਹ ਆ ਪੇਂਟ ਕਲਰ ਮਟੀਰੀਅਲ ਉਹ ਵੀ ਅੱਛਾ ਬਿਹਤਰੀਨ ਆ, ਕੁਛ ਨਵੀਂ ਨਵੀਂ ਕੰਪਨੀ ਆ ਰਹੀ ਆ ਉਹ ਅੱਛਾ ਕੰਮ ਕਰ ਰਹੀ ਆ, ਪੂਰੀ ਕੋਸ਼ਿਸ਼ ਕਰੇ ਵੀ ਅਸੀਂ ਇੱਕ ਦਫਾ ਇਹਨੂੰ ਹੋਈਏ। ਅਸਲ ਮਿਲਰ ਦਾ ਜਿਹੜਾ 375-85 ਇੱਕ ਬ੍ਰਾਂਡ ਬਣ ਗਿਆ ਹੈ, ਠੀਕ ਹੈ, ਜਗ੍ਹਾ ਲੈ ਲਈ, ਹਰ ਬੰਦਾ ਰੈੱਡ ਕਲਰ ਆ ਉੱਤੇ ਬੈਠਾ ਸੋਹਣਾ ਲੱਗਦਾ, ਅਤੇ ਇਸ ਕਰਕੇ ਕੁਛ ਇਹਦਾ ਮਾਰਕੀਟ ਵੈਲਿਊ ਬਹੁਤ ਆ, ਜਦੋਂ ਮਰਜ਼ੀ ਵੇਚਣਾ ਚਾਹੋ ਵੇਚ ਸਕਦੇ ਹੋ ਤੁਸੀਂ, ਉਹ ਇਹ ਨਵਾਂ ਹੋਣ ਦੇ ਨਾਤੇ ਲੋਕ ਡਰਦੇ ਵੀ ਆ ਵੀ ਪਤਾ ਨਹੀਂ ਕੀ ਹੋਣਾ ਕੀ ਮਸਲਾ। ਕਿਆ ਭਾਈ ਜਾਨ ਤੁਸੀਂ ਨਹੀਂ ਸਮਝਦੇ ਕਿ ਪਾਕਿਸਤਾਨ ਵਿੱਚ ਨਵੀਂ ਕੰਪਨੀ ਆਵੇ, ਨਈ ਟੈਕਨੋਲੋਜੀ ਆਵੇ, ਨਿਆ ਡਾਵਾ ਉਹ ਚੀਜ਼ ਹੋਣੀ ਚਾਹੀਦੀ? ਹੋਣਾ ਚਾਹੀਦੀ, ਨਵੀਂ ਟੈਕਨੋਲੋਜੀ ਆਉਣੀ ਚਾਹੀਦੀ, ਇਹ 'ਚ ਤਬਦੀਲੀਆਂ ਕਰਨੀਆਂ ਚਾਹੀਦੀਆਂ। ਅਸੀਂ ਜਦੋਂ ਆ ਬੱਚੇ ਜਿੱਡਾ ਮੇਰਾ ਭਤੀਜਾ ਵਾ ਉਦੋਂ ਵੀ ਇਹੀ ਟਰੈਕਟਰ ਸੀ, ਹੁਣ ਵੀ ਇਹੀ ਟਰੈਕਟਰ ਆ। ਹਾਂਜੀ ਕੁਛ ਨਹੀਂ ਬਦਲਿਆ, ਪਾਕਿਸਤਾਨ ਕੋਈ ਚੀਜ਼ ਨਹੀਂ ਬਦਲਿਆ, ਨੁਕਸਾਨ ਹੀ ਹੋਇਆ। ਹੁਣ ਉਹ ਜੇ ਮੈਸੀ ਕੰਪਨੀ ਜਿਹੜੀ ਵੀ ਆ ਉਹ ਟੈਸਟਿੰਗ ਵਗੈਰਾ ਹੁੰਦੀ ਸੀ, ਵੀਡੀਓ ਸਾਰੀਆਂ ਦੇਖੀਆਂ ਵਾ, 100 ਪੀਸ ਆਇਆ ਉਹਦੀ ਇੱਕ ਦੀ ਟੈਸਟਿੰਗ ਹੋ ਜਾਂਦੀ ਹੈ, ਬਾਕੀ 99 ਪੀਸ ਦੀ ਕੌਣ ਕਰੇਗਾ? ਮਟੀਰੀਅਲ 'ਚ ਬਿਹਤਰੀ ਕਰਨ, ਚਲੋ ਕੋਈ ਚੀਜ਼ ਬਦਲ ਨਹੀਂ ਸਕਦੇ, ਉਹ ਮੈਸੀ ਉਹਨਾਂ ਨੂੰ ਲਾਇਸੈਂਸ ਬਣਿਆ ਮਿਲ ਨਹੀਂ ਸਕਦਾ, ਯਾਨੀ ਕਿ ਤਬਦੀਲੀ ਨਹੀਂ ਲਿਆ ਸਕਦੇ, ਮਟੀਰੀਅਲ 'ਚ ਤਾਂ ਲਿਆ ਸਕਦੇ ਕਿ ਨਹੀਂ ਲਿਆ ਸਕਦੇ? ਸਾਡੇ ਨਾਲ ਕਮੇਟੀ ਮੌਜੂਦ ਹੈ, ਸਰਦੀ ਵਿੱਚ ਮੇਲਾ ਹੋਇਆ ਟੋਜਰ ਮੁਕਾਬਲਾ,
साढ़े ना कमेटी मौजूद ने माशा अली जट साहब ने सरदार डोगर भाई का की नाम है जाहर डोगर जाहर डोगर है भाई का की नाम है भाई का भी जाहर डोगर दोवे जाहर डोगर है जाहर डोगर जाहर महमूद जाहर महमूद डोगर ठीक है जी माशाल्लाह मेले दे विच आए ने कैसा लगा जी मेले विच आन के मेला मेला बहुत इंजॉय किया माशाल्लाह सोहना इंतजाम है जी जहांगीर वालों का बाकी कंडे वाला इंतजाम है इन्होंने बहुत ही आला किया वा कुछ बंदे ना कोई दो नंबर ही नहीं होगी बरो बराबर सान तोड़ के बहन गए थे चस भी आऊगी अपना लिया फोर्ड हाँ जी माशाल्लाह अपन छे गड्डिया आई एक 640 लिया जी एक 375 लिया वा मैसी फरगोसन 11 मॉडल चार फोर्ड लिया जी लोग कहते फोर्ड जाने या रोड जाने अल्लाह की रहमत अभी तो हम पूरे माशाल्लाह झोटे बना के लिया अगों अल्लाह पाक जिन्हों मर्जी दे माशाल्लाह मन्ने तेने तीन ड्राइवर थोड़े ना मौजूद है तुम्हें भी कोई पूरा मैं तुम्हें देखा है यह भी ड्राइवर गेट घट रही है बिल्कुल इदा ही है बिलकुल इदा ही भाई उदो ट्रैक्टर चलाउन लगे आ जो मामा जिहड़ियां वा न्याणियां झलूंगी च पा के समोंदियां ते फीडर पिउंदियां सीगियां आ भाई उदो दा साडा ट्रैक्टर चलाउन लगा वा हाँ जी अज नहीं तो कदे भी नहीं बेटा के ए जवानी चार दिहाड़े खुशियां अठवीं क्लास का स्टूडेंट मान नहीं मैं भी ट्रैक्टर चलाऊंगा आ माशाल्लाह साडा अठवीं क्लास का ए फोर्ड दे हां जी अच्छा अच्छा हां जी ए अली जट साहब आप अपनी इथे करदी कमेंट्री ताडी कमेंट्री बड़ी लाइक कीती जांदी कमेंट्री भाजी नहीं ये हुण उन्होंने अपने कमेंटेटर आए आ माशाल्लाह जिहड़ा राणा अफजल जासर FM रेडियो फैसलाबाद हाँ जी ते वो अपने यार वा गुड़े मित्र वा भरा भी आ वड्डे चाचे भी लगते आ सारा कुछ ही आ जे उन्होंने अपना विरोध गहरा तलेगा बाकी ओदा नहीं आप इतने एक शेर कह दें माइक बड़े माइक जी बोले दो माइक दो नहीं लगा दिल ला दो फिर आप वैसे ही कह दें भाजी आ सरदार गुलाम रसूल आर मरूफ काका डोगर साबका कौंसलर कत्तर जिम्मे सरली इन्हां दी पेशे नज़र दौड़ा वा सियाने कहिंदे कि ए जवानी चार दिहाड़े खुशियां नाल नभाइए जिंदगी दा कोई माण नहीं मत भड़के ही मर जाइए सपां दे पुत्तर यार नहीं बनदे चुलियां दुद्ध पियाइए ते सरदार गुलाम रसूल डोगर साहब गई जवानी फिर नहीं आती भावे लख खुराक खाइए वेरी गुड ठीक है जी मेहरबानी शुक्रिया जी ताडे तामन दा मिले तुसी आए हो ताडे नाल ही भारा हुंदियां जी बिल्कुल इदां यारां नाल भारा जी हां जी यारां नाल भारा वा और राणा अफजल साहब अक्सर शेर कहंदे आ कल्ला हद्द कदी नहीं धुपदा एक दूजे नूं धोंदा यारां बाद मुहम्मद बख्शां कौन किसे नूं रोंदा ठीक है जी मेहरबानी शुक्रिया जी ते बाकी